बिस्मिल्लाहिर्रहमानिर्रहीम। नाजरीन, मैं तुहाडा मेज़बान अमानत अली साबर अपने जरी चैनल तो तुहानू खुशमदेद आखना। दोस्तों, अज असीं जिहड़ी तुहाडे नाल वीडियो दे बारे च मालूमात तुहानू दे रहे हां, इह वे तिल ते कुछ कीड़े ने जिहड़े हमला करदे ने, उहनां दे बारे च तुहानू दसण दी मैं कोशिश करांगा, ताकि तुसीं बर वक्त उहनां दा उपा करके ते अपनी फसल नूं उहनां तों बचा सको। इन्हां दे विच दोस्तों, बगैर तमहीद तो सब तो पहले मैं तुहानू दसना चाहना कि एक यानी कि लश्करी सुंडी हुंदी है, एक पत्ता लपेड़ सुंडी हुंदी है, ते ये तुहाडी यानी तिल दी फसल ते हमला करदियां ने। और तुहानू पता भी नहीं लगता दोस्तों, किसान भाई बाज़ अकात अपनी यानी तिल दी फसल काश्त कर दी और उस तो बाद उहदा कुछ यानी इब्तदाई दिनों दे विच यानी कि ज़्यादा ख्याल ना रखिया, ये सोचते हैं कि चलो फसल ला दी ये निकल आएगी। तो दोस्तों, हुंदा ये वे कि इहदे जिस वक्त पौधे तिल दे तुहाडे बाहर यानी कि जर्मीनेट हुंदे ने, निकलते हैं, तो हाले कि वह छोटे छोटे हुंदे ने, एक एक दो दो तीन तीन पत्ते निकले हुंदे ने, तो उहनां दे उत्ते ये जिहड़ियां सुंडियां ने ये हमलावर हो जांदियां ने। मसलन जिहड़ी पत्ता लपेड़ सुंडी है ਉਹ ਉਹਨੂੰ ਨੁਕਸਾਨ ਪਹੁੰਚਾਉਂਦੀ ਹੈ, ਲਸ਼ਕਰੀ ਸੁੰਡੀ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਉਹ ਪੱਤਰਾਂ ਨੂੰ ਖਾ ਜਾਂਦੀ ਹੈ, ਕੁਤਰ ਦਿੰਦੀ ਹੈ। ਔਰ ਧਿਆਨ ਤੁਸੀਂ ਹੁੰਦੇ ਹੋ ਕਿ ਠੀਕ ਫਸਲ ਲਾ ਦਿੱਤੀ ਹੈ ਅਤੇ ਉਨੀ ਦੇਰ ਨੂੰ ਉਹ ਆਪਣਾ ਕੰਮ ਕਰ ਜਾਂਦੀ। ਅਤੇ ਇਸ ਵਾਸਤੇ ਦੋਸਤੋ, ਇਹ ਕੋਸ਼ਿਸ਼ ਕਰੋ ਕਿ ਜਿਸ ਵਕਤ ਤੁਸੀਂ ਆਪਣੀ ਤਿਲ ਦੀ ਫਸਲ, ਇਹ ਬੜਾ ਸੈਂਸਿਟਿਵ ਪੌਦਾ ਹੁੰਦਾ ਹੈ, ਜਿਸ ਵਕਤ ਗੰਦਮ ਦਾ ਯਾਨੀ ਸਰ ਸਬਜ਼ਾ ਕਾਸ਼ਤ ਖਤਮ ਬਰਦਾਸ਼ਤ ਹੋ ਜਾਂਦੀ ਹੈ, ਇਹਨਾਂ ਸੁੰਡੀਆਂ ਨੂੰ ਕੋਈ ਹੋਰ ਯਾਨੀ ਕਿ ਫਸਲ ਨਜ਼ਰ ਨਹੀਂ ਆਉਂਦੀ ਹੈ, ਬੜੀ ਨਾਜ਼ੁਕ ਫਸਲ ਹੁੰਦੀ ਹੈ, ਇਹਦੇ 'ਤੇ ਹਮਲਾਵਰ ਹੋ ਕੇ ਤੁਹਾਡੇ ਪੌਦੇ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ। ਇਸ ਤਰੀਕੇ ਨਾਲ ਤੁਹਾਡੀ ਜਿਹੜੀ ਮਿਹਨਤ ਔਰ ਜਿਹੜਾ ਤੁਹਾਡਾ ਪੈਸਾ ਉਹ ਜ਼ਿਆ ਹੋ ਜਾਂਦਾ ਯਾਨੀ ਜ਼ਾਇਆ ਹੋ ਜਾਂਦਾ ਹੈ। ਅਤੇ ਦੋਸਤੋ, ਇਹ ਖਿਆਲ ਕਰੋ ਕਿਉਂਕਿ ਇਹਨਾਂ ਸੁੰਡੀਆਂ ਨੇ ਮਸਲ ਪੱਤਾ ਲਵੇੜ ਜਿਹੜੀ ਸੁੰਡੀ ਹੈ ਇਸ ਫਸਲ ਦੇ ਉੱਤੇ ਹਮਲਾ ਕਰਨਾ ਹੁੰਦਾ ਹੈ, ਖਾ ਇਹ ਇਬਤਦਾਈ 15 ਤੋਂ 20 ਦਿਨ ਦੇ ਵਿੱਚ ਹਮਲਾ ਕਰ ਲੈਣ, ਜਾਂ ਆਖਰੀ ਯਾਨੀ ਕਿ ਜਿਹੜੇ 50 ਤੋਂ 60 ਦਿਨ ਯਾਨੀ ਤੁਹਾਡੀ ਫਸਲ ਦੇ ਹੁੰਦੇ ਨੇ ਉਹਨਾਂ ਦੇ ਉੱਤੇ ਹਮਲਾ ਕਰ ਸਕਦੀਆਂ ਨੇ। ਅਤੇ ਜਿਸ ਵਕਤ ਇਹ ਸੁੰਡੀ ਹਮਲਾ ਕਰਦੀ ਹੈ, ਇਹ ਤੁਹਾਡਾ ਉਹਦਾ ਸਬਜ਼ਾ ਜਿਹੜਾ ਵਿੱਚੋਂ ਖਾ ਲੈਂਦੀ ਹੈ ਪੱਤਾ ਲਪੇੜ ਸੁੰਡੀ। ਔਰ ਜਿਸ ਵਕਤ ਆਖਰੀ ਇਹ ਪਹਿਲੇ ਯਾਨੀ ਅਗਰ 15-20 ਦਿਨਾਂ 'ਚ ਹਮਲਾ ਕਰਦੇ ਸਿਚੁਏਸ਼ਨ ਹੁੰਦੀ ਹੈ, ਸਿਰਫ ਪੱਤੇ ਖਾਂਦੀ ਹੈ। ਔਰ ਜਿਸ ਵਕਤ ਇਹ ਸੁੰਡੀ ਦੁਬਾਰਾ ਯਾਨੀ ਕਿ ਆਖਰੀ 50-60 ਦਿਨਾਂ ਦੇ ਜਿਸ ਵਕਤ ਫਸਲ ਤਿਆਰ ਹੋਈ ਹੁੰਦੀ ਹੈ ਉਸ ਵਕਤ ਹਮਲਾ ਕਰੇ ਦੋਸਤੋ, ਅਤੇ ਫਿਰ ਤੁਸੀਂ ਜਾਣਦੇ ਹੋ ਕਿ ਇਹਨਾਂ ਪੱਤੇ ਵੀ ਖਾਣੇ ਹੁੰਦੇ ਨੇ, ਔਰ ਜਿਹੜੀ ਤੁਹਾਡੀ ਫਲੀ ਤਿਲ ਦੀ ਬਣ ਰਹੀ ਹੁੰਦੀ ਹੈ ਉਹਦੇ ਵਿੱਚ ਗੁੱਸ ਜਾਂਦੀ ਹੈ, ਇਹ ਉਹਦੇ ਦਾਣੇ ਜਿਹੜੀ ਹੈ ਉਹਨਾਂ ਨੂੰ ਖਤਮ ਕਰ ਦਿੰਦੀ ਹੈ, ਇਸ ਤਰ੍ਹਾਂ ਤੁਹਾਡੀ ਜਿਹੜੀ ਫਸਲ ਹੈ ਤਬਾਹੋ ਬਰਬਾਦ ਹੋ ਜਾਂਦੀ ਹੈ। ਇਹ ਵੀਡੀਓ ਬਣਾਉਣ ਦੀ ਯਾਨੀ ਕਿ ਮੈਂ ਕੋਸ਼ਿਸ਼ ਇਸ ਤੋਂ ਵੀ ਦੋਸਤੋ ਕੀਤੀ ਕਿ ਪਿਛਲੇ ਹਫ਼ਤੇ ਇੱਕ ਦੋਸਤ ਨੇ ਲੋਧਰਾਂ ਤੋਂ ਫੋਨ ਕੀਤਾ, ਉਹਨੇ ਇਹ ਗੱਲ ਕੀਤੀ ਕਿ ਅਮਾਨਤ ਸਾਹਿਬ ਮੈਂ ਤਿਲ ਲਾਏ ਨੇ ਅਤੇ ਹਾਲੇ ਮੇਰੇ ਪੌਦੇ ਜਿਹੜੇ ਨੇ ਛੋਟੇ ਛੋਟੇ ਨੇ ਅਤੇ ਉਹ ਕੱਟੇ ਜਾ ਰਹੇ ਨੇ, ਮਸਲ ਉਹਦੇ ਪੱਤੇ ਖਾਧੇ ਜਾ ਰਹੇ ਨੇ। ਅਤੇ ਫਿਰ ਮੈਂ ਇਹਦੇ 'ਤੇ ਸਰਚ ਕੀਤੀ ਔਰ ਸਾਰੀ ਇਹ ਮਾਲੂਮਾਤ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਦੋਸਤ ਹਜ਼ਰਾਤ ਯਾਨੀ ਘਬਰਾਉਣ ਨਾ, ਇਹਦੀ ਬਿਮਾਰੀ ਹੈ ਔਰ ਇਹਦੇ 'ਤੇ ਬਰ ਵਕਤ ਯਾਨੀ ਕੋਈ ਵੀ ਕੈਮੀਕਲ ਜਿਹੜਾ ਤੁਹਾਡੇ ਇਲਾਕੇ ਦੇ ਵਿੱਚ ਹੈ ਉਹਦੇ ਨਾਲ ਕੋਸ਼ਿਸ਼ ਕਰਕੇ ਤੁਸੀਂ ਉਹਦੇ ਤਵੱਜੋ ਦੇ ਕੇ ਉਹਦਾ ਸਪਰੇਅ ਕਰੋ। ਔਰ ਕੁਛ ਮੈਂ ਤੁਹਾਨੂੰ ਕੈਮੀਕਲ ਦੱਸਾਂਗਾ ਜਿਹਦੇ ਤੋਂ ਵੈਪਰੋ ਫੀਜ਼ਨ ਇੱਕ ਯਾਨੀ ਧੂੜਾ ਹੈ, ਇਹ 600 ਤੋਂ 650 ਗ੍ਰਾਮ ਹੈ, ਉਹਦਾ ਵੀ ਤੁਸੀਂ ਅਗਰ ਯਾਨੀ 120 ਲੀਟਰ ਪਾਣੀ 'ਚ ਜਾਂ 140 ਲੀਟਰ ਪਾਣੀ 'ਚ ਮਿਕਸ ਕਰਕੇ ਅਤੇ ਉਹਦਾ ਤੁਸੀਂ ਸਪਰੇਅ ਕਰ ਦਿਓ ਅਤੇ ਆਪਣੇ ਪੌਦਿਆਂ ਨੂੰ ਅੱਛੇ ਤਰੀਕੇ ਨਾਲ ਯਾਨੀ ਕਿ ਜਿਹੜੇ ਪੌਦੇ ਨੇ ਉੱਗੇ ਹੋਏ ਉਹਨਾਂ ਨੂੰ ਨਹਿਲਾ ਦਿਓ ਅਤੇ ਉਹ ਜਨਾਬੇਲਾ ਇਸ ਬਿਮਾਰੀ ਦਾ ਇਸ ਯਾਨੀ ਕਿ ਸੁੰਡੀ ਤੋਂ ਤਦਾਰਕ ਹੋ ਸਕਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਜ਼ਹਿਰ ਹੈ ਲਿਊਫੁਰਾਨ, ਉਹ ਵੀ ਤੁਸੀਂ 250 ML ਜਾਂ 200 ML ਹੀ ਯਾਨੀ ਕਿ ਏਕੜ ਨੂੰ ਅਗਰ ਉਹਦਾ ਸਪਰੇਅ ਕਰ ਦਿਓ ਤਾਂ ਉਹਨਾਂ ਦੇ ਨਾਲ ਇਹਨਾਂ ਦੋਨਾਂ ਸੁੰਡੀਆਂ ਦਾ ਅਪਾਅ ਖਾਤਮਾ ਹੋ ਸਕਦਾ ਹੈ। ਅੱਛਾ, ਦੂਸਰਾ ਜਿਹੜੀ ਲਸ਼ਕਰੀ ਸੁੰਡੀ ਹੈ ਨਾ, ਪੱਤਾ ਲਪੇੜ ਤਾਂ ਸੁੰਡੀ ਦਾ ਤੁਹਾਨੂੰ ਦੱਸ ਦਿੱਤਾ, ਲਸ਼ਕਰੀ ਸੁੰਡੀ ਹੈ ਇਹ ਤੁਹਾਡੇ ਫਲ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ, ਇਹਨੂੰ ਸਿਰਫ ਪੱਤੇ ਖਾਣੇ ਹੁੰਦੇ, ਹੱਤਾ ਕਿ ਪੱਤਿਆਂ ਨੂੰ ਖਾ ਜਾਂਦੀ ਹੈ ਪੌਦੇ ਦੇ ਉੱਤੇ, ਉਹ ਢਾਂਚੇ ਯਾਨੀ ਕਿ ਉਹਨਾਂ ਦਾ ਜਿਹੜਾ ਢਾਂਚਾ ਹੀ ਰਹਿ ਜਾਂਦਾ ਪੱਤੇ ਦਾ, ਜਿਹਨਾਂ ਨੂੰ ਅਸੀਂ ਕਹਿ ਲਓ ਹੱਡੀਆਂ ਉਹ ਰਹਿ ਜਾਣੀਆਂ, ਤੁਹਾਨੂੰ ਆਮ ਨਜ਼ਰ ਆਉਂਦਾ ਹੋਏਗਾ। ਅਤੇ ਇਹ ਦੋਸਤੋ ਤੁਹਾਡੇ ਨਾਲ ਮੈਂ ਮਾਲੂਮਾਤ ਸ਼ੇਅਰ ਕਰਨੀ ਸੀ ਤਾਂ ਕਿ ਉਸ ਭਾਈ ਨੂੰ ਵੀ ਪਤਾ ਚੱਲ ਜਾਏ, ਹੋਰ ਵੀ ਦੋਸਤ ਜਿਹੜੇ ਨੇ ਉਹ ਇਸ ਤਰੀਕੇ ਨੂੰ, ਔਰ ਦੂਸਰਾ ਦੋਸਤ ਫੋਨ ਕਰਦੇ ਨੇ ਕਿ ਯਾਰ ਫਸਲ ਬੀਜੀ ਅਤੇ ਉਹਦੇ ਵਿੱਚ ਯਾਨੀ ਕਿ ਘਾਹ ਮਧਾਣਾ ਉੱਗ ਗਿਆ ਜਾਂ ਇੱਟਸੇਡ ਜਾਂ ਦੂਸਰੇ ਜਿਹੜੀਆਂ ਜੜੀ ਬੂਟੀਆਂ। ਦੋਸਤੋ, ਇਹ ਤੁਹਾਨੂੰ ਜਿਸ ਵਕਤ ਤੁਸੀਂ ਫਸਲ ਲਾਉਣੀ ਹੈ ਉਸ ਵਕਤ ਇਸ ਤੋਂ ਪਹਿਲੇ ਤੁਹਾਨੂੰ ਇਹ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਜੇ ਤਿਲ ਦੀ ਫਸਲ ਲਾਉਣੀ ਹੈ ਇਹਦੀਆਂ ਜੜੀ ਬੂਟੀਆਂ ਘੱਟ ਤੋਂ ਘੱਟ ਉੱਗਣ, ਉਸ ਤੋਂ ਬਾਅਦ ਤੁਹਾਨੂੰ ਤਰੀਕਾ ਕਾਸ਼ਤ ਜਿਹੜਾ ਹੈ ਇਹ ਜ਼ਿਆਦਾਤਰ ਡਰਿੱਲ ਦੇ ਜ਼ਰੀਏ
और इन्हें यानी खेलियाँ के जरिए इन्हों काश्त करो कि यहोजी चीज़ों तो बच सकोगे। अमली तौर पर जड़ी बूटियां तुसी तलफी करके अपनी यानी कि फसल नूं सेहतमंद बना सकते हो। तो अगर आ गया कैमिकल वाला उस तो बाद पेंडा मैथलीन या डुआल गोड या होर कुछ ऐसा जहर ने वो तुसी इस्तेमाल करके जड़ी बूटियों अपने किसी जरी यानी कि माहिरीना मशवरा करके फिर भी उन्होंने ख़त्म कर सकते हो। और लेकिन जड़ी बूटियां ज़्यादातर कोशिश करो खुरपे या हाथों के जरिए किसी तरीके ना वो तुसी अपने यानी कि तिलों की फसल चो उन्होंने इखराज करो और वो इस तरीके जड़ा ना तुहाडी फसल अच्छी क्वालिटी भी अच्छी होएगी और पैदावार भी अच्छी होएगी। ये दोस्तों तुहाडे नाल मालूमात शेयर करनी सी, उम्मीद है कि तुम ये अमल करके तो अपने यानी तिलों के पौद्या जड़ा ने बचा सकोगे। इन गल्लां बातां नाल अपने मेज़बान अमानत अली नूं इजाज़त दिओ। अल्लाह हाफिज़।